ਤਾਂ ਦੇ ਤਸਵੀਰਾਂ ਇਹ ਛਟਕੇ ਦੋ ਵਾਰ ਮਹਿਸੂਸ ਹੋਏ ਨੇ ਲਾਈਟਾਂ ਜਿਹੜੀਆਂ ਹਲਦੀਆਂ ਨਜ਼ਰ ਆ ਰਹੀਆਂ ਨੇ 5.2 ਜਿਹੜੀ ਦੋ ਤੀਬਰਤਾ ਰਹੀ ਹੈ ਔਰ ਇਸ ਇਸੇ ਚੱਕਰ ਦੇ ਵਿੱਚ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਦਫ਼ਤਰਾਂ ਦੇ ਵਿੱਚੋਂ ਬਾਹਰ ਨਿਕਲਦਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਦੇਖਦਿਆਂ ਨਜ਼ਰ ਆਈਆਂ ਨੇ થોੜੇ ਦੇਰ ਤੱਕ ਤੁਹਾਡੀ ਸਕਰੀਨ ਤੇ ਹੋਣਗੀਆਂ ਪੂਰੇ ਪੰਜਾਬ ਦੇ ਵਿੱਚ 5.2 ਤੀਬਰਤਾ ਦਾ ਪੁਚਾਲ ਆਇਆ ਹੈ ਔਰ ਦੋ ਝਟਕੇ ਮਹਿਸੂਸ ਹੋਇਆ ਹਾਲਾਂਕਿ ਜੇ ਨੁਕਸਾਨ ਦੀ ਗੱਲ ਕਰੀਏ ਅਜੇ ਤੱਕ ਕਿਸੇ ਤਰੀਕੇ ਦਾ ਕੋਈ ਨੁਕਸਾਨ ਜਿਹੜਾ ਹੈ ਉਹਦੀ ਕੋਈ ਖਬਰ ਨਹੀਂ ਹੈ ਪਰ ਮਿਆਮਾਰ ਦੇ ਵਿੱਚ ਇਹਦੀ ਤੀਬਰਤਾ ਵੀ ਜ਼ਿਆਦਾ ਹੀ ਰਹੀ ਹੈ ਔਰ ਉੱਥੇ ਝਟਕੇ ਵੀ ਜ਼ਿਆਦਾ ਮਹਿਸੂਸ ਹੋਇਆ ਭਾਰਤ ਪਾਕਿਸਤਾਨ ਚ ਮਿਆਮਾਰ ਦੇ ਵਿੱਚ ਇਹ ਪੂਰੇ ਝਟਕੇ ਮਹਿਸੂਸ ਹੋਇਆ ਪੰਜਾਬ ਭਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਔਰ ਜੇਕਰ ਐਪੀਸੈਂਟਰ ਦੀ ਗੱਲ ਕੀਤੀ ਜਾਵੇ ਹਿਮਾਚਲ ਦੇ ਕੋਲ ਜਿਹੜਾ ਇਹਦਾ ਐਪੀਸੈਂਟਰ ਦੱਸਿਆ ਜਾ ਰਿਹਾ ਔਰ ਫਿਲਹਾਲ ਜੇ ਤੀਬਰਤਾ ਦੀ ਗੱਲ ਕਰਾਂ ਤੇ 5.2 ਤੀਬਰਤਾ ਦਾ ਇਹ ਜਿਹੜਾ ਆ ਪੁਚਾੜ ਰਿਹਾ ਤੁਸੀਂ ਵੀ ਜੇਕਰ ਆਪਣੇ ਦਫ਼ਤਰ ਬੈਠੇ ਹੋ ਤੇ ਇਤਿਆਤਨ ਜਿਹੜਾ ਸੇਫਟੀ ਜਿਹੜੇ ਨਾਰਮਸ ਨੇ ਉਹਨਾਂ ਨੂੰ ਜ਼ਰੂਰ ਵਰਤੋ ਕਿਉਂਕਿ ਅਜੇ ਸਮੇਂ ਜਿਹੜਾ ਆ ਪੁਚਾਲ ਦੇ ਸਮੇਂ ਜਾਂ ਕਿਸੇ ਵੀ ਕੁਦਰਤੀ ਆਫਤਾ ਦੇ ਸਮੇਂ ਇੱਕ ਡੈਕੋਰਮ ਬਣਾ ਕੇ ਇੱਕ ਡਿਸਪਲਨ ਵਿੱਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਪੰਜਾਬ ਦੀਆਂ ਤਸਵੀਰਾਂ ਨੇ ਕਿਉਂਕਿ ਇੰਨੇ ਸ਼ਾਰਟ ਸਪੈਨ ਦੇ ਵਿੱਚ ਤਸਵੀਰਾਂ ਜੜੀਆਂ ਨੇ ਉਹ ਵੀ ਨਿਕਲ ਕੇ ਬਾਹਰ ਨਹੀਂ ਆਉਂਦੀਆਂ ਪਰ ਜਿਵੇਂ ਹੀ ਇਹ ਝਟਕੇ ਲੱਗਦੇ ਨੇ ਲੋਕ ਆਪਣੇ ਦਫ਼ਤਰਾਂ ਦੇ ਵਿੱਚੋਂ ਕਿਉਂਕਿ ਸਮਾਂ ਦਫ਼ਤਰਾਂ ਦਾ ਆ ਦਫ਼ਤਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਗਏ ਨੇ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਦੇ ਬਾਹਰ ਲੋਕ ਨਜ਼ਰ ਅ ਤਸਵੀਰਾਂ ਲਿਆਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਤਸਵੀਰਾਂ ਮਿਲਦੀਆਂ ਨੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਵੱਡੇ ਝਟਕੇ ਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਝਟਕੇ ਨੇ ਚੰਡੀਗੜ੍ਹ ਤੋਂ ਲੈ ਕੇ ਜਲੰਧਰ ਅ ਅੰਮ੍ਰਿਤਸਰ ਹਰ ਜਗ੍ਹਾ ਦੇ ਉੱਤੇ ਪੁਚਾਲ ਦੇ ਝਟਕੇ ਜਿਹੜੇ ਨੇ ਵੇਖਣ ਨੂੰ ਮਿਲੇ ਨੇ ਦੋ ਵਾਰ ਝਟਕਾ ਲੱਗਿਆ ਆ ਔਰ ਹਾਲਾਂਕਿ ਜੇਕਰ ਟਾਈਮ ਸਪੈਨ ਦੀ ਗੱਲ ਕਰੀਏ ਟਾਈਮ ਸਪੈਨ ਸੈਕਿੰਡਾਂ ਦੇ ਵਿੱਚ ਰਿਹਾ ਕਿੰਨੇ ਸੈਕਿੰਡ ਰਿਹਾ ਅਜੇ ਵੀ ਇਸ ਉੱਤੇ ਕਨਫਰਮੇਸ਼ਨ ਨਹੀਂ ਹੈ ਪਰ ਪੰਜਾਬ ਦੇ ਵਿੱਚ 5.2 ਦੀ ਤੀਬਰਤਾ ਦੇ ਨਾਲ ਪੁਚਾਲ ਦੇ ਚਟਕੇ ਮਹਿਸੂਸ ਹੋਏ ਨੇ ਔਰ ਦਫਤਰਾਂ ਤੋਂ ਲੋਕ ਬਾਹਰ ਨਜ਼ਰ ਆਏ ਨੇ ਕਿਉਂਕਿ ਸਮਾ ਜਿਹੜਾ ਆ ਦਫਤਰਾਂ ਦਾ ਆ ਔਰ ਪੰਜਾਬ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਪੁਚਾਲ ਨੇ ਦੋ ਚਟਕਿਆਂ ਦਾ ਕਰਕੇ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਆ ਅੱਛਾ ਮੈਂ ਤੁਹਾਨੂੰ ਕਿਉਂਕਿ ਮੈਂ ਇਸ ਸਮੇਂ ਆਪਣੇ ਸਟੂਡੀਓ ਦੇ ਅੰਦਰ ਖੜਾ ਆ ਮੇਰੇ ਸਟੂਡੀਓ ਦੇ ਬਾਹਰ ਜਿਹੜੇ ਨੇ ਕੁਲੀਗ ਨਿਕਲਣਾ ਸ਼ੁਰੂ ਹੋ ਗਏ ਸੀ ਕਿਉਂਕਿ ਪੁਚਾਲ ਦੇ ਦੋ ਵਾਰ ਚਟਕੇ ਬੜੇ ਜ਼ਬਰਦਸਤ ਚਟਕੇ ਲੱਗੇ ਨੇ ਔਰ ਇੱਕ ਚਟਕਾ ਜਿਹੜਾ ਆ 5.2 ਦੀ ਤੀਬਰਤਾ ਦਾ ਆ ਐਪੀ ਸੈਂਟਰ ਹਜੇ ਹਿਮਾਚਲ ਦੇ ਕੋਲ ਦੱਸਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਹਿਮਾਚਲ ਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਉਧਰ ਕਿਸੇ ਵੀ ਜਗ੍ਹਾ ਤੇ ਨੁਕਸਾਨ ਹੈ ਜਾਂ ਕੋਈ ਫੁਟੇਜ ਜਿਹੜੀ ਹੈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਕਿਵੇਂ ਦਾ ਤੁਹਾਡੇ ਕੋਈ ਨੁਕਸਾਨ ਤੇ ਨਹੀਂ ਹੋਇਆ ਕਿਉਂਕਿ ਮੈਨੂੰ ਗੁਰਦਾਸਪੁਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਤੋਂ ਵੀ ਮੈਸੇਜ ਆਇਆ ਕਿ ਕਪੂਰਥਲਾ ਦੇ ਵਿੱਚ ਵੀ ਹੈ ਲੁਧਿਆਣਾ ਦੇ ਵਿੱਚ ਵੀ ਝਟਕੇ ਮਹਿਸੂਸ ਹੋਏ ਆ ਹੁਸ਼ਿਆਰਪੁਰ ਵੀ ਗੁਰਦਾਸਪੁਰ ਵੀ ਔਲਖ ਕਲਾ ਗੁਰਦਾਸਪੁਰ ਜੰਮੂ ਜੰਮੂ ਕਿਉਂਕਿ ਹਿਮਾਚਲ ਦੇ ਵਿੱਚ एपिसੈਂਟਰ ਦੱਸਿਆ ਜੰਮੂ ਤੋਂ ਵੀ ਮੈਸੇਜ ਆ ਰਹੇ ਨੇ ਕਿ ਜੰਮੂ ਵੀ ਜੜਾਇਆ ਛਟਕੇ ਮਹਿਸੂਸ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਬੇਗੋਵਾਲ ਇਹ ਇਹ ਮਲਾਖਾਨਾ ਪਲਾਖਤ ਦੇ ਕੋਲ ਪੈਂਦਾ ਬੇਗੋਵਾਲ ਉੱਥੇ ਦਾ ਮੈਸੇਜ ਵੀ ਆਇਆ ਰੱਖਿਆ ਲੁਧਿਆਣਾ ਕਹਿੰਦੇ ਨੇ 1:32 ਮਿੰਟ ਦੇ ਉੱਤੇ ਪੁਚਾਲ ਦੇ ਟਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਇੱਥੇ ਵੀ ਕਪੂਰਥਲਾ ਦਾ ਪਹਿਲਾਂ ਅਸੀਂ ਪੜ ਚੁੱਕੇ ਹਾਂ ਕਈ ਮੈਸੇਜ ਮਲੇਰ ਕੋਟਲਾ ਪੂਰਾ ਪੰਜਾਬ ਦਹਿਲ ਗਿਆ ਜੰਮੂ ਪੰਜਾਬ ਹਿਮਾਚਲ ਪਾਕਿਸਤਾਨ ਇਤੋਂ ਤੱਕ ਕਿ ਮਿਆਂਮਾਰ ਦੇ ਵਿੱਚ ਵੀ ਜਿਹੜੇ ਨੇ ਝਟਕੇ ਮਹਿਸੂਸ ਹੋਏ ਨੇ ਆਪਣੀ ਸੇਫਟੀ ਦਾ ਖਿਆਲ ਰੱਖੋ ਕਈ ਮੈਸੇਜ ਕਰ ਰਹੇ ਨੇ ਅਸੀਂ ਸੁੱਤੇ ਰਹਿ ਗਏ ਆ ਸੁੱਤੇ ਆ ਏਦਾਂ ਦੇ ਮੌਕਿਆਂ ਦੇ ਉੱਤੇ ਇਤਿਆਤ ਜ਼ਰੂਰ ਵਰਤੋ ਕਿਉਂਕਿ ਕਈ ਵਾਰ ਸਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੇ ਸਮੇਂ ਨਾ ਜਾਗਣਾ ਬਹੁਤ ਜ਼ਰੂਰੀ ਹੁੰਦਾ ਮੇਰੇ ਮੈਸੇਜ ਵਿੱਚੋਂ ਦੇਖ ਰਿਹਾ ਕਈ ਕਹਿੰਦੇ ਅਸੀਂ ਸੁੱਤੇ ਰਹਿ ਗਏ ਆ ਹਾਲਾਂਕਿ ਬਹੁਤ ਜ਼ਰੂਰੀ ਹੈ ਇਤਿਆਤ ਰੱਖਣੀ ਤਰਨਤਾਰਨ ਤੋਂ ਵੀ ਮੈਸੇਜ ਆ ਦੀਨਾ ਨਗਰ ਗੁਰਦਾਸਪੁਰ ਤੋਂ ਪਿੰਡ ਕਾਲਾ ਕੇ ਇਥਹਾੜ ਵੀ ਕਹਿੰਦੇ ਜੀ ਆਇਆ ਅ ਅੰਮ੍ਰਿਤਸਰ ਅੰਮ੍ਰਿਤਸਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਰਿਪੋਰਟਰ ਨੇ ਤਸਵੀਰ ਭੇਜੀ ਹੈ ਜਿਵੇਂ ਰਿਪੋਰਟਰ ਤਸਵੀਰਾਂ ਭੇਜ ਰਹੇ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਪੁਚਾਲ ਦੀਆਂ ਤਸਵੀਰਾਂ ਨਿਊ ਚੰਡੀਗੜ੍ਹ ਮੁੱਲਾਪੁਰ ਚੰਡੀਗੜ੍ਹ ਤੋਂ ਸਭ ਤੋਂ ਪਹਿਲਾਂ ਕਨਫਰਮ ਹੋਇਆ ਅੱਜ ਕਿਉਂਕਿ ਉੱਥੇ ਸ਼ਾਇਦ ਕਿਸੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਪੱਖੇ ਜਿਹੜੇ ਝਟਕੇ ਮੱঝে ਨਜ਼ਰ ਆਏ ਨੇ ਫਿਰ ਹੌਲੀ-ਹੌਲੀ ਖ਼ਬਰ ਫੈਲ ਗਈ ਹੈ ਚੰਡੀਗੜ੍ਹ ਤੋਂ ਲੈ ਕੇ ਹਿਮਾਚਲ ਜੰਮੂ ਪੰਜਾਬ ਦਾ ਹਰ ਸ਼ਹਿਰ ਜਿਹੜਾ ਹੈ ਤੁਸੀਂ ਵੀ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਫਿਰੋਜ਼ਪੁਰ ਤੋਂ ਵੀ ਮੈਸੇਜ ਆ ਗਿਆ ਫਿਰੋਜ਼ਪੁਰ ਵੀ ਝਟਕੇ ਮਹਿਸੂਸ ਹੋਏ ਨੇ ਹਿਮਾਚਲ ਤੋਂ ਮੈਸੇਜ ਮੈਨੂੰ ਆਇਆ ਪਟਿਆਲਾ ਟਾਂਡਾ ਮੈਸੇਜ ਆਉਣੇ ਸ਼ੁਰੂ ਹੋ ਗਿਆ ਆਪਣੀ ਸੇਫਟੀ ਜ਼ਰੂਰ ਰੱਖੋ ਇੱਕ ਦੂਸਰੇ ਨੂੰ ਜ਼ਰੂਰ ਦੱਸਦੇ ਰਹਿਆ ਕਰੋ ਵੀ ਪਚਾਲ ਹੈ ਕਿ ਯਾਰ ਪਤਾ ਨਹੀਂ ਲੱਗਦਾ ਕਿਉਂਕਿ ਅੱਜ ਕੱਲ੍ਹ ਘਰਾਂ ਕਿਉਂਕਿ ਕੰਜਸਟਡ ਹਾਊਸ ਨੇ ਸਾਡੇ ਘਰ ਜਿਹੜੇ ਨੇ ਕਿ ਯਾਰ ਬਾਜ਼ਾਰਾਂ ਦੇ ਵਿੱਚ ਨੇ ਪੀੜਾ ਵਾਲੇ ਇਲਾਕੇ ਨੇ ਚਕੰਨੇ ਕਰਨਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡਾ ਖਬਰ ਦੇਣ ਦਾ ਮਤਲਬ ਇਹ ਹੈ ਕਿ ਤੁਸੀਂ ਚਕੰਨੇ ਜ਼ਰੂਰ ਹੋ ਕਿਉਂਕਿ ਕੁਦਰਤ ਆਫਤ ਦੇ ਉੱਤੇ ਜ਼ੋਰ ਨਹੀਂ ਹੈ ਇਹਦੇ ਤੋਂ ਬਚਿਆ ਜਾ ਸਕਦਾ ਹੈ ਚਕੰਨੇ ਰਹਿ ਕੇ ਫਜ਼ਿਲਕਾ ਤੋਂ ਵੀ ਮੈਸੇਜ ਹੈ ਫਜ਼ਿਲਕਾ ਵੀ ਪਚਾਰ ਦੇ ਝਟਕੇ ਮਹਿਸੂਸ ਹੋਏ ਨੇ ਤਸਵੀਰਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਤਸਵੀਰਾਂ ਮਿਲ ਰਹੀਆਂ ਨੇ ਹਾਲਾਂਕਿ ਇਹ ਝਟਕੇ ਕੁਝ ਕੁ ਸੈਕਿੰਡਾਂ ਦੇ ਸੀ ਪਰ ਪੂਰਾ ਪੰਜਾਬ ਦਿ ਹਿਲਾ ਕੇ ਰੱਖ ਦਿੱਤਾ ਇਹਨਾਂ ਨੇ ਇੱਕ ਬੰਨੇ ਤਾਂ ਜੇਕਰ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਸਾਈਕਲੋਨ ਦਾ ਜ਼ੋਰ ਹੈ ਔਰ ਸਾਈਕਲੋਨ ਦਾ ਕਰਕੇ रेड अलर्ट ਤੱਕ ਜਾਰੀ ਕਰਾ ਦਿੱਤਾ 7500 ਲੋਕਾਂ ਨੂੰ ਰੈਸਕਿਊ ਕਰਨ ਉਥੋਂ ਆਪਣੀ ਜਗ੍ਹਾ ਤੋਂ ਪੱਟ ਕੇ ਦੂਜੀ ਜਗ੍ਹਾ ਤੇ ਲਿਆ ਆ ਗਿਆ ਔਰ ਦੂਸਰੇ ਬਨੇ ਪੰਜਾਬ ਦੇ ਵਿੱਚ ਇਹੇ ਚੀਜ਼ਾਂ ਹੋ ਰਹੀਆਂ ਨੇ ਹਾਲਾਂਕਿ ਗੁਜਰਾਤ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਦੇ ਜੜੀਆਂ ਅੰਦੇਸ਼ੇ ਸੀਗੇ ਪਰ ਪਾਕਿਸਤਾਨ ਹੁਣ ਮਿਆਂਮਾਰ ਪੰਜਾਬ ਦੇ ਵਿੱਚ ਇਹ ਹਿਮਾਚਲ ਦੇ ਵਿੱਚ ਵੀ ਇਹ ਝਟਕੇ ਮਹਿਸੂਸ ਹੋਇਆ ਆਪਣੀ ਸੇਫਟੀ ਦਾ ਜ਼ਰੂਰ ਖਿਆਲ ਰੱਖੋ ਘਰਾਂ ਤੋਂ ਜਿੰਨੇ ਜੇ ਤੁਹਾਡੇ ਘਰ ਤੁਹਾਨੂੰ ਲੱਗਦਾ ਹੈ ਕਿ ਕਮਜ਼ੋਰ ਜਿਹਨੇ ਕਹਿਰੀ ਹੁੰਦਾ ਨਾ ਕਿ ਅਸੀਂ ਕੋਈ ਜਗਾ ਜਿਹੜੀ ਇਦਾਂ ਹੁੰਦੀ ਆ ਚਬਾਰੇ ਦੇ ਉੱਤੇ ਅਸੀਂ ਛੋਟੇ ਜਿਹੇ ਪਾਇਆ ਕਿ ਚਲੋ ਕੋਈ ਗੱਲ ਨਹੀਂ ਚਬਾਰੇ ਤੇ ਕਿਹੜਾ ਜਾਣਾ ਆ ਉਸ ਜਗਾ ਦੇ ਉੱਤੇ ਨਾ ਬੈਠੋ ਉਸ ਛੱਤ ਦੇ ਥੱਲੇ ਨਾ ਬੈਠੋ ਜਿਹੜੀ ਤੁਹਾਨੂੰ ਲੱਗਦਾ ਕਿ ਕਮਜ਼ੋਰ ਹੈ ਕਿਉਂਕਿ ਬਚਾਅ ਦੇ ਵਿੱਚ ਹੀ ਬਚਾਇਆ ਔਰ ਆਪਣੇ ਨਵਾਂ ਸ਼ਹਿਰ ਤੋਂ ਮੈਸੇਜ ਆ ਬਟਾਲਾ ਤੋਂ ਮੈਸੇਜ ਮੈਨੂੰ ਆ ਗਿਆ ਔਰ ਇਹ ਅਜਨਾਲਾ ਤੋਂ ਵੀ ਹੈ ਅੰਮ੍ਰਿਤਸਰ ਦੇ ਕੋਲ ਅਜਨਾਲਾ ਪੈਂਦਾ ਆ ਉੱਥੋਂ ਮੈਸੇਜ ਆਇਆ ਹਰ ਜਗਾ ਦੇ ਉੱਤੇ ਆ ਮੈਸੇਜ ਹਰ ਜਗਾ ਦੇ ਉੱਤੇ ਨਕੋਦਰ ਵਾਲੇ ਵੀ ਮੈਸੇਜ ਕਰ ਰਹੇ ਨੇ ਬਲਾਚੌਰ ਤੋਂ ਵੀ ਕਿਉਂਕਿ ਪਚਾਲ ਜਿਹੜਾ ਆ ਉਹ ਦੀ ਤੀਬਰਤਾ ਦੀ ਬੇਸੇ ਗੱਲ ਕਰ ਰਹੇ ਸੀਗੇ 5.2 ਤੀਬਰਤਾ ਰਹੀ ਹੈ एपिसੈਂਟਰ ਹਿਮਾਚਲ ਦੇ ਕੋਲ ਦੱਸਿਆ ਜਾ ਰਿਹਾ ਔਰ ਮਿਆਂਮਾਰ ਪਾਕਿਸਤਾਨ ਪੰਜਾਬ ਇਹ ਹਿਮਾਚਲ ਜੜੀਆਂ ਨੇ ਇਹ ਤਿੰਨ ਜੜੀਆਂ ਚੀਜ਼ਾਂ ਜਿਹੜੇ ਨੇ ਇਹ ਇਹ ਬਹੁਤ ਜਗ੍ਹਾ ਦੇ ਉੱਤੇ ਨਹੀਂ ਇਹਨਾਂ ਚਾਰ ਜਗ੍ਹਾ ਦੇ ਉੱਤੇ ਬਹੁਤ ਝਟਕੇ ਮਹਿਸੂਸ ਹੋਇਆ ਦੋ ਵਾਰ ਝਟਕੇ ਆ ਹਾਲਾਂਕਿ ਸੈਕਿੰਡਸ ਨੇ ਝਟਕਿਆਂ ਦੇ ਕਿਵੇਂ ਜਿਹੜਾ ਆ ਤੁਸੀਂ ਦੇਖਦੇ ਹੋ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਤੁਹਾਡੇ ਵੱਲ ਜੇ ਪੁਚਾੜ ਆਇਆ ਕਿ ਨਹੀਂ ਆਇਆ ਜੇ ਤਸਵੀਰ ਹੈ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਜੇਕਰ ਕਈ ਵਾਰ ਹੁੰਦਾ ਨਾ ਕਿ ਕੋਈ ਆਪਣੇ ਮੋਬਾਈਲ ਦੇ ਉੱਤੇ ਤਸਵੀਰ ਬਣਾ ਲੈਂਦਾ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਇਹ ਪਹਿਲਾ ਅੰਮ੍ਰਿਤਸਰ ਦੀ ਤਸਵੀਰ ਸੀਗੀ ਇਹ ਜਲੰਧਰ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਪੱਖੇ ਹਿੱਲਦੇ ਨਜ਼ਰ ਆਏ ਨੇ ਜਿਵੇਂ ਜਿਵੇਂ ਤਸਵੀਰਾਂ ਆਈ ਜਾ ਰਹੀਆਂ ਨੇ ਓਵੇਂ ਓਵੇਂ ਸਕਰੀਨ ਦੇ ਉੱਤੇ ਦਿਖਾਉਂਦੇ ਜਾਵਾਂਗੇ ਆਪਣਾ ਪਛਾਣ ਜ਼ਰੂਰ ਕਰੋ ਹਾਲਾਂਕਿ ਤਸਵੀਰ ਬਣਾਉਣੀ ਨੇ ਜ਼ਰੂਰੀ ਨਹੀਂਗੀ ਔਰ ਆਪਣੇ ਨਾਲ ਦੇ ਆਪਣੇ ਲੋਕਾਂ ਨੂੰ ਜ਼ਰੂਰ ਦੱਸਦੇ ਰਹਾ ਕਰੋ ਵੀ ਜਿਹੜੀ ਤਸਵੀਰ ਆ ਇਹ ਤੁਹਾਨੂੰ ਦਿਖਾਉਣ ਦੀਆਂ ਕੋਸ਼ਿਸ਼ ਕਰ ਰਹੇ ਆ ਤਾਂ ਜੋ ਤੁਸੀਂ ਅਲਰਟ ਹੋ ਜਾਓ ਕਈ ਮੈਸੇਜ ਜਿਹੜੇ ਫੇਸਬੁੱਕ ਤੇ ਘਰ ਲਿਖ ਰਹੇ ਨੇ ਕਿ ਅਸੀਂ ਸੁੱਤੇ ਰਹਿ ਗਏ ਅ ਜ਼ਰੂਰੀ ਹੈ ਕਿ ਤੁਸੀਂ ਜਾਗਦੇ ਰਹੋ ਕਿਉਂਕਿ ਏਦਾਂ ਦੀ ਕੁਦਰਤੀ ਆਫਤਾ ਜਿਹੜੀ ਹੈ ਇਹ ਤੋਂ ਬਚਣਾ ਬਹੁਤ ਜ਼ਰੂਰੀ ਹੈ ਔਰ ਜੇਕਰ ਅਸੀਂ ਜਾਗਦੇ ਹੁੰਨੇ ਆ ਨਾ ਤਾਂ ਫਿਰ ਅਸੀਂ ਬਚ ਵੀ ਸਕਦੇ ਆ ਔਰ ਅਸੀਂ ਕਹਿੰਦੇ ਆ ਕੁਦਰਤ ਜਿਹੜੀ ਹੈ ਉਹ ਕਦੇ ਵੀ ਨਹੀਂ ਕਹਿਰਵਾਨਾ ਹੋਵੇ ਕਿਉਂਕਿ ਜਿਹੜਾ ਆ ਬਹੁਤ ਸਾਰੇ ਲੋਕ ਘਰਾਂ ਦੇ ਘਰ ਜੜੇ ਨੇ ਇਹ ਕੁਦਰਤ ਜਿਹੜੀ ਹੈ ਇਹ ਕੈਰ ਲੈ ਬਹਿੰਦੀ ਆ ਫਿਲਹਾਲ ਪੰਜਾਬ ਦੇ ਵਿੱਚ ਅਸੀਂ ਸੁੱਖ ਮੰਗਦੇ ਆ ਸਭ ਦੀ ਗੁਨੀਮਤ ਮੰਗਦੇ ਹੋ ਇਹ ਰਹੀ ਹੈ ਕਿ ਕੋਈ ਨੁਕਸਾਨ ਹਜ ਤੱਕ ਦੀ ਕਿਸੇ ਦੀ ਖਬਰ ਨਹੀਂ ਆਈ ਮਿਆਂਮਾਰ ਦੇ ਵਿੱਚ ਬਹੁਤ ਵੱਡੇ ਝਟਕੇ ਮਹਿਸੂਸ ਹੋਏ ਨੇ ਪਾਕਿਸਤਾਨ ਦੇ ਵਿੱਚ ਵੀ ਝਟਕੇ ਮਹਿਸੂਸ ਹੋਏ ਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਝਟਕੇ ਮਹਿਸੂਸ ਹੋਏ ਨੇ ਹਿਮਾਚਲ ਦੇ ਵਿੱਚ ਝਟਕੇ ਮਹਿਸੂਸ ਹੋਏ ਨੇ ਆ ਤਸਵੀਰਾਂ ਅਸੀਂ ਜਿਹੜੀਆਂ ਨੇ ਉਹ ਜਿਵੇਂ ਜਿਵੇਂ ਤਸਵੀਰਾਂ ਆ ਰਹੀਆਂ ਨੇ ਲਾਈਵ ਓਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਫਿਲਹਾਲ ਸਕਰੀਨ ਦੇ ਉੱਤੇ ਅੰਮ੍ਰਿਤਸਰ ਦੀ ਤਸਵੀਰ ਹੈ ਜਿਹੜੀ ਸਭ ਤੋਂ ਪਹਿਲਾਂ ਸਾਡੇ ਕੋਲ ਆਈ ਆ